ਕੋਈ ਸਮਝ ਆਈ ਹੈ? ਅਗੇ ਕੋਈ ਕੁਛ ਨਹੀਂ ਕਰ ਸਕਦਾ, ਕੁਛ ਨਹੀਂ ਕਰ ਸਕਦਾ, ਪੂਰੀ ਉਮਤ ਕੋ ਬਖਸ਼ਵਾ ਲੇਗਾ ਕੁਛ ਨਹੀਂ ਕਰ ਸਕਤਾ, ਉਲ ਸਰਾਤ ਸੇ ਗੁਜ਼ਰਵਾ ਲੇਗਾ ਕੁਛ ਨਹੀਂ ਕਰ ਸਕਤਾ, ਜਿਨ ਪਰ ਦੋਜ਼ਖ ਲਾਜ਼ਮ ਹੋਗੀ। ਓਏ ਹਜ਼ੂਰ ਤੇ ਹਜ਼ੂਰ ਜਣਿਓ, ਹੱਥ ਜੋੜ ਕੇ ਤੁਹਾਨੂੰ ਕਹਿੰਦਾ ਓ ਜਣਿਓ ਪੱਕੇ ਹੋ ਜਾਓ। ਓਏ ਹਜ਼ੂਰ ਤੋਂ ਹਜ਼ੂਰ ਜਣਿਓ, ਹਜ਼ੂਰ ਤੋਂ ਹਜ਼ੂਰ। ਓਏ ਇੱਕ ਵਾਰੀ ਫਿਰ ਸੁਣੋ, ਤੁਹਾਨੂੰ ਤੁਹਾਡੇ ਰੱਬ ਦਾ ਵਾਸਤਾ ਹੋ ਜਣਿਓ। ਮੈਂ ਕੋਈ ਖਤੀਬ ਬਣ ਕਰ ਨਹੀਂ ਆਇਆ, ਮੁਸਤਫਾ ਕਾ ਚਾਕਰ ਬਣ ਕਰ ਆਇਆ। ਤੁਮੇ ਤੁਹਾਰੇ ਰੱਬ ਕਾ ਵਾਸਤਾ ਹੈ, ਸੁਣੋ ਹਜ਼ੂਰ ਤੋਂ ਹਜ਼ੂਰ, ਹਜ਼ੂਰ ਤੋਂ ਦਬ ਕੇ ਬੋਲੋ ਹਜ਼ੂਰ ਤੋਂ। ਅੱਲਾਹ ਫਰਮਾਤਾ ਹੈ ਮਹਬੂਬਾ, ਜਿਸ ਹਜ਼ੂਰ ਨੇ ਹਦੀਸ ਮੇ ਫਰਮਾਇਆ, ਰੱਬ ਨੇ ਹਜ਼ੂਰ ਕੋ ਫਰਮਾਇਆ, ਹਜ਼ੂਰ ਨੇ ਹਮੇ ਬਤਾਇਆ। ਆਪ ਜ਼ਰਾ ਹਦੀਸ ਜ਼ਰਾ ਜਾਗ ਕੇ ਸੁਣਿਆ, ਮੈਂ ਫਿਰ ਘੋੜੇ ਵਾਲੇ ਪਲੇ ਆਉਂਦਾ ਵਾਂ। ਜਾਗ ਕੇ ਸੁਣਿਆ ਹਜ਼ੂਰ ਨੇ ਫਰਮਾਇਆ, ਮਮ ਵੋਲੇ ਦਾ ਲਹੂ ਮੌਲੂਦ। ਇਹ ਉਲਮਾਤ ਵਜੋ ਕਰਿਆ, ਮਮ ਵੋਲੇ ਦਾ ਲਹੂ ਮੌਲੂਦਨ। ਭਾਈ ਕੁਛ ਨਹੀਂ ਕਰ ਸਕਦਾ, ਨਮਾਜ਼ੇ ਪੜੋ, ਰੋਜ਼ੇ ਰੱਖੋ, ਜ਼ਕਾਤੇ ਦੋ। ਉਹ ਹਮ ਨਹੀਂ ਛੋੜੇਂਗੇ ਨਮਾਜ਼, ਪਰ ਭਰੋਸਾ ਨਮਾਜ਼ ਪਰ ਨਹੀਂ ਹੈ, ਮੁਸਤਫਾ ਪਰ। ਹਮ ਨਹੀਂ ਛੋੜੇਂਗੇ ਰੋਜ਼ੇ, ਪਰ ਭਰੋਸਾ ਰੋਜ਼ੇ ਪਰ ਨਹੀਂ ਹੈ, ਮੁਸਤਫਾ ਪਰ ਹੈ। ਹਮ ਤਸਬੀਹਾਂ ਨਹੀਂ ਛੋੜੇਂਗੇ, ਪਰ ਹਮਾਰਾ ਭਰੋਸਾ ਤਸਬੀਹ ਪਰ ਨਹੀਂ ਹੈ, ਮੁਸਤਫਾ ਪਰ ਹੈ। ਫਰਕ ਹੈ ਵਾਬੀ ਮੇ ਔਰ ਸਾਬੀ ਮੇ, ਇਹ ਹੀ ਫਰਕ ਹੈ ਵਾਬੀ ਮੇ ਔਰ। ਜ਼ਰਾ ਗੱਜ ਵੱਜ ਕੇ ਸੁਣਿਆ, ਫਰਮਾਇਆ ਮਮ ਬੋਲੇ ਦਿਲ ਹੂ ਮੌਲੂਦਨ। ਅਗਰ ਇਹ ਹਦੀਸ ਸ਼ਰੀਫ ਸੁਣਕਰ ਸਾਰੇ ਚਲੇ ਗਏ, ਉਹ ਆਪਣੇ ਘਰੋਂ ਮੇ, ਤੋ ਮੁਬਾਰਕ ਹੋ ਤੁਮੇ। ਔਰ ਮੈਂ ਤੁਮ ਮੇ ਸੇ ਕਹਤਾ ਹੂੰ, ਜਿਸ ਜਿਸ ਕਾ ਆਜ ਔਲਾਦ ਕੋਈ ਨਹੀਂ ਹੈ, ਜਿਸ ਜਿਸ ਕੀ ਔਲਾਦ ਕੋਈ ਨਹੀਂ ਹੈ, ਜਿਸ ਜਿਸ ਕਾ ਬੱਚਾ ਕੋਈ ਨਹੀਂ ਹੈ, ਆਓ ਮੈਂ ਚੈਲੰਜ ਕਰਨੇ ਲਗਾ ਹੂੰ। ਹੱਕ ਮੁਹੰਮਦ, ਹੱਕ ਮੁਹੰਮਦ, ਹੱਕ ਮੁਹੰਮਦ, ਹੱਕ ਮੁਹੰਮਦ, ਹੱਕ ਮੁਹੰਮਦ। ਚੈਲੰਜ ਕਰਨੇ ਲਗਾ ਹੂੰ, ਇਹ ਮੇਰੇ ਮੁਰੀਦ ਮੇਰੇ ਨਾਲ ਆਏ, ਕੁਝ ਉਧਰ ਬੈਠੇ ਹੋਣ, ਕੁਝ ਇਧਰ ਆਏ ਗੱਡੀ ਵਿੱਚ। ਇਹਨਾਂ ਨੂੰ ਪੁੱਛ ਲਓ, ਤਵੀਜ਼ ਸ਼ਵੀਜ਼ ਮੈਂ ਕੋਈ ਨਹੀਂ ਦੇਤਾ ਹੂੰ, ਤਵੀਜ਼ ਵਗੈਰਾ ਜੋ ਮੁਝੇ ਜਾਣਨੇ ਵਾਲੇ ਬੈਠੇ ਹੋ, ਜੇ ਮੇਰੇ ਮੁਰੀਦ ਇਸੇ ਪੁੱਛ ਲੈ, ਤਵੀਜ਼ ਵਗੈਰਾ ਮੈਂ ਕੋਈ ਨਹੀਂ ਦੇਤਾ ਹੂੰ, ਤਵੀਜ਼ ਕਾ ਮੁਨਕਰ ਵੀ ਮੈਂ ਕੋਈ ਨਹੀਂ ਹੂੰ। ਜਿਹਦੀ ਅੱਖ ਕੰਮ ਕਰਦੀ ਹੋਵੇ ਉਹਨੂੰ ਲਿਖਣ ਦੀ ਲੋੜ ਕੋਈ ਨਹੀਂ। ਸਮਝ ਮੈਂ ਬਾਤ ਆਈ ਹੈ? ਮੈਂ ਚੈਲੰਜ ਸੇ ਕਹਤਾ ਹੂੰ, ਜਿਸ ਕੀ ਔਲਾਦ ਨਹੀਂ ਹੈ, ਇਧਰ ਬੈਠੇ ਹੀ ਮੰਨਤ ਮਾਨੇ, ਹੋਵੇਗਾ ਪੁੱਤਰ ਤਾਂ ਨਾਮ ਮੁਹੰਮਦ ਰੱਖੂਗਾ। ਸੌਦਾ ਮੇਰੇ ਸੋ ਕਰਨੇ ਕੀ, ਮੁਹੰਮਦ ਨਾਮ ਰੱਖਣਾ ਹੈ, ਜੋ ਨਹੀਂ ਹੱਕ ਮੁਹੰਮਦ, ਹੱਕ ਮੁਹੰਮਦ, ਹੱਕ ਮੁਹੰਮਦ। ਬੰਦੇ ਦਾ ਹੱਥ ਚੁੱਕ ਕੇ ਮੈਂ ਆ ਜਾਂ, ਜੇ ਅਗਲੇ ਸਾਲ ਪੁੱਤਰ ਨਾ ਹੋਵੇ ਤਾਂ ਮੈਨੂੰ ਰਾਏਵਿੰਡ ਲੈ ਜਾਣਾ ਸਾਰੇ। ਅਗਰ ਅਗਲੇ ਸਾਲ ਇਸੇ ਬੇਟਾ ਨਾ ਹੋ ਤੋ ਮੁਝੇ ਰਾਏਵਿੰਡ ਲੈ ਆ ਜਾਈਏਗਾ, ਔਰ ਹੋ ਜਾਈਏਗਾ ਤੋ ਫਿਰ ਇਹ ਅਕੀਦਾ ਰੱਖੀਏਗਾ ਕਿ ਜ਼ਮੀਨ ਪਰਉਮਤਾ ਹੈ, ਜਮਾਲ ਬਾਦ ਕੀ ਕਰਤਾ। ਹੱਕ ਮੁਹੰਮਦ, 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 ਹੱਕ ਮੁਹੰਮਦ। تشریف رکھے، بات سن لیں، تشریف رکھے، بات سن لیں۔ اور پیرے میرے علی شاہ صاحب نے، توجہ، میری جان آپ پر قربان، توجہ توجہ، بہ جاؤ، گل سنو، میرے کلیجے دیو ٹکڑے ہو تو میری آنکھاں دیو تارے ہو۔ پیر میر علی شاہ صاحب نے، اسلامی بھائی آپ بھی سنو، پیر میر علی شاہ صاحب نے فرمایا تھا، پیر میر علی شاہ صاحب نے انہیں فرمایا، مرزا آ جائے، مرزا کر کے کیا پیر میرے لیے، ایسے کر کے بولا مرزا آئے اور کاغذ پر قلم رکھیں گے ہم، وہ مرزا کہے لکھ، نہیں تو میں کہوں گا لکھ، جو سچا ہوا اس کی قلم چلے گی۔ سلطان محمود ٹمانے نے پیر صاحب سے کہا، اگر مرزا آ جاتا تو؟ آپ نے فرمایا، سلطان محمود ٹمانے مجھا رکھی نہیں، اکھے رکھی اکھے کٹی کس دے سر تے کچھ بھی، اکھے کلے دے سر تے
اکھے میرے لیے آپ نہیں گل کیتی مصطفیٰ نے کر